ਕੀ ਤਰੀਕਾ ਵਾ ਉਹ ਤੁਹਾਨੂੰ ਦੱਸਦੇ ਹਾਂ। ਇਹਨੂੰ ਦੋ ਤਰੀਕੇ ਨਾਲ ਪਛਾਣ ਨੂੰ ਮਾਪਿਆ ਜਾਂਦਾ, ਇੱਕ ਹੈਗਾ ਸਿਸਮੋਗ੍ਰਾਫ, ਦੂਜਾ ਰਿਐਕਟਰ। ਸਿਸਮੋਗ੍ਰਾਫ ਦਾ ਕੀ ਕੰਮ ਹੁੰਦਾ? ਸਿਸਮੋਗ੍ਰਾਫ ਦਾ ਕੰਮ ਇਹ ਹੁੰਦਾ ਵੀ ਜਦੋਂ ਭੂਚਾਲ ਆਉਂਦਾ ਉਹ ਉਹਦੀ ਜਦੋਂ ਧਰਤੀ 'ਚ ਜਦੋਂ ਕੰਪਣ ਹੁੰਦੀ ਆ ਉਹ ਉਹਦੀ ਚੀਜ਼ ਨੂੰ ਨੋਟ ਕਰਦਾ ਵੀ ਕਿੰਨੀ ਤੀਬਰਤਾ ਦਾ ਆਇਆ, ਉਹ ਦੱਸਦੇ ਆ ਵੀ ਕਿੰਨੀ ਤੀਬਰਤਾ ਦਾ ਆਇਆ। ਦੂਜਾ ਹੈਗਾ ਰਿਐਕਟਰ ਸਕੇਲ, ਜਿਹੜਾ ਰਿਐਕਟਰ ਸਕੇਲ ਹੁੰਦਾ ਉਹ ਦੱਸਦਾ ਵੀ ਕਿੰਨੇ ਭੂਚਾਲ ਹੈ, 7 ਦਾ ਭੂਚਾਲ ਹੈ, 6.5 ਮੈਗਨੀਚੂਡ ਦਾ ਭੂਚਾਲ ਹੈ, ਸਿਸਮਿਕ। ਫਿਰ ਇਹਨੂੰ ਭੂਚਾਲ ਨੂੰ ਕਿੰਨੀ ਦੂਰੀ, ਕਿੰਨੀ ਕੰਟਰੀ। ਹੋਰ ਬੇਟਾ ਕੋਈ ਸਵਾਲ? ਸਿਸਮਿਕ ਜ਼ੋਨ ਵੋ ਹਮ ਨਹੀਂ ਡਿਸਾਈਡ ਕਰਤੇ, ਵੋ ਹਮਾਰੇ ਜੋ ਜੋਲੋਜੀਕਲ ਸਾਇੰਟਿਸਟ ਹੈ, ਜੋ ਜੋਲੋਜੀਕਲ ਸਾਇੰਟਿਸਟ ਹੈ ਵੋ ਡਿਸਾਈਡ ਕਰਤੇ ਹੈ ਕਿ ਇਹ ਏਰੀਆ, ਇਹ ਏਰੀਆ ਕਿਸ ਮੇ ਹੈ। ਜੈਸੇ ਹਿਮਾਚਲ ਕਾ ਏਰੀਆ ਹੈ, ਸਾਰਾ ਅੰਮ੍ਰਿਤਸਰ ਹੈ, ਜਲੰਧਰ ਹੈ, ਕਪੂਰਥਲ ਹੈ, ਦਿੱਲੀ ਹੈ, ਨੋਇਡਾ, ਇਹ ਸਾਰਾ ਜੋ ਹੈ ਸਿਸਮਿਕ ਚਾਰ ਜ਼ੋਨ ਦੇ ਸਾਇੰਟਿਸਟੋਂ ਨੇ ਬਾਂਟਾ ਹੁਆ। ਨਹੀਂ ਬੇਟੇ ਇਹ ਚੇਂਜ ਨਹੀਂ ਹੋਤੇ, ਇਸਕਾ ਜੋ ਧਰਤੀ ਕੇ ਜੋ ਸਾਇੰਟਿਸਟ ਭੂਗੋਲਿਕ ਹੈ ਨਾ, ਉਹਨਾਂ ਨੇ ਜੋ ਨਿਸ਼ਕਰਸ਼ ਨਿਕਾਲਾ ਹੈ ਪਿਛਲੇ 100 ਸਾਲ ਕੇ ਪਹਿਚਾਣੋ ਕੇ ਹਿਸਾਬ ਸੇ ਉਸਕੋ ਇਸਮੇ ਬਾਂਟਾ ਹੁਆ। ਤੁਹਾਨੂੰ ਦੱਸਿਆ ਵੀ ਦੋ ਟੈਕਟੈਨਿਕ ਪਲੇਟਾਂ ਵਾ ਸਾਡੇ ਧਰਤੀ ਦੇ ਵਿੱਚ ਜਿਹੜੀਆਂ ਆਪਸ 'ਚ ਟਕਰਾਉਂਦੀਆਂ ਨੇ, ਉਹਦੇ ਨਾਲ ਜਿਹੜੀ ਊਰਜਾ ਪੈਦਾ ਹੁੰਦੀ ਆ, ਸ਼ਕਤੀ ਪੈਦਾ ਹੁੰਦੀ ਆ, ਉਹਨੂੰ ਭੂਚਾਲ ਕਿਹਾ ਜਾਂਦਾ ਹੈ। ਉਹ ਭੂਚਾਲ ਜਿਹੜੀਆਂ ਉਹ ਜਿਹੜਾ ਭੂਚਾਲ ਹੈ ਉਹ ਸਾਡੀ ਧਰਤੀ ਉਦੋਂ ਵਾਈਬ੍ਰੇਸ਼ਨ ਕਰਦੀ ਸੀ, ਤੁਸੀਂ ਦੇਖਿਆ ਤਾਂ ਕਦੀ ਭੂਚਾਲ ਤੁਹਾਡੇ ਸਾਹਮਣੇ ਤਾਂ ਆਇਆ ਵੀ ਨਾ ਹੋਵੇ। ਬਟ ਜਿਹੜਾ ਪਚੱਤਰ 1835 ਦੇ ਵਿੱਚ ਸਾਇੰਟਿਸਟ ਹੋਇਆ ਰਿਐਕਟਰ, ਉਹਨੇ 5 ਦੀ ਤੀਬਰਤਾ ਦਾ, ਕਿਹਾ ਤੁਸੀਂ ਅਖਬਾਰ 'ਚ ਪੜ੍ਹਿਆ ਹੋਇਆ ਕਦੀ ਇੰਨੀ ਤੀਬਰਤਾ ਦਾ ਭੂਚਾਲ ਆਇਆ, ਇਸ ਕਰਕੇ ਉਹ ਤੀਬਰਤਾ ਜਿਹੜੀ ਆ ਉਹ ਰਿਐਕਟਰ ਤੋਂ ਹੀ ਪਤਾ ਲੱਗ ਪਿੱਛੇ ਏਰੀਏ ਆ, ਜਾਂ ਗੁਜਰਾਤ ਦਾ ਕੱਛ ਏਰੀਆ, ਰਾਜਸਥਾਨ ਦਾ ਕੁਛ ਏਰੀਆ, ਇਹ ਸਾਰੇ ਜਿਹੜੇ ਆ ਇਸ ਸਿਸਮਿਕ 5 ਜ਼ੋਨ ਚੱਲਦੇ ਆ, ਉੱਥੇ ਕਦੀ ਵੀ 7.5 ਤੋਂ ਲੈ ਕੇ 10 ਤੀਬਰਤਾ ਦਾ ਭੂਚਾਲ ਆ। ਹੁਣ ਆਪਾਂ ਭੂਚਾਲ ਤੋਂ ਬਚਾ ਕਿੱਦਾਂ ਕਰ ਸਕਦੇ ਹਾਂ? ਇਹ ਤੁਹਾਨੂੰ ਪਤਾ ਜਪਾਨ ਇੱਕ ਐਸਾ ਦੇਸ਼ ਹੈ ਜਿਹਦੇ 'ਚ ਸਭ ਤੋਂ ਜ਼ਿਆਦਾ ਭੂਚਾਲ ਆ, ਦੁਨੀਆ 'ਚ ਸਭ ਤੋਂ ਜ਼ਿਆਦਾ ਉਹ ਭੂਚਾਲ ਦਾ ਇੱਕ ਐਪਿਕ ਸੈਂਟਰ ਹੈ, ਭੂਚਾਲ ਦਾ ਸੈਂਟਰ ਹੈ, ਇਸ ਕਰਕੇ ਉੱਥੇ ਆਮ ਤੌਰ 'ਤੇ ਉੱਥੇ ਭੂਚਾਲ ਆਉਂਦੇ ਰਹਿੰਦੇ ਆ, ਉੱਥੇ ਉਹਨਾਂ ਦੀ ਭੂਚਾਲ ਵੱਧ ਗਏ ਅਤੇ ਕਮ ਸੇ ਕਮ ਸਾਡੀ ਜਾਨਾਂ ਬਚਾਈਆਂ ਜਾ ਸਕਣ, ਅਤੇ ਕਮ ਸੇ ਕਮ ਨੁਕਸਾਨ ਹੋਵੇ, ਘੱਟੋ ਘੱਟ ਨੁਕਸਾਨ ਹੋਵੇ, ਇਸ ਕਰਕੇ ਉੱਥੇ ਉਸ ਤਰ੍ਹਾਂ ਦੇ ਘਰ ਪਏ ਨੇ।